ਫਿਰੋਜ਼ਪੁਰ ਸ਼ਹਿਰ ਦੇ ਥਾਣਾ ਸਿਟੀ ਪੁਲਿਸ ਨੇ ਇੱਕ ਘਰ ਵਿੱਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਇੱਕ ਲੜਕੇ ਅਤੇ ਦੋ ਲੜਕਿਆਂ ਨੂੰ ਆਪੱਤੀਜਨਕ ਹਾਲਾਤ ਵਿੱਚ ਗ੍ਰਿਫਤਾਰ ਕੀਤਾ ਗਿਆ। ਮਾਮਲੇ ਦੀ ਜਾਂਚ ਕਰ ਰਹੇ ਜਾਂਚ ਅਧਿਕਾਰੀ ਦਵਿੰਦਰ ਸਿੰਘ ਨੇ ਦੱਸਿਆ ਕਿ ਸ਼ਹਿਰ ਦੀ ਹਾਊਸਿੰਗ ਬੋਰਡ ਕਲੋਨੀ ਵਿੱਚ ਰਹਿਣ ਵਾਲੇ ਇੱਕ ਪਤੀ ਪਤਨੀ ਆਪਸ ਵਿੱਚ ਸਾਜਬਾਜ ਹੋ ਕੇ ਆਪਣੇ ਘਰ ਵਿੱਚ ਹੀ ਦੇਹ ਵਪਾਰ ਦਾ ਧੰਦਾ ਚਲਾ ਰਹੇ ਸਨ। ਉਹਨਾਂ ਦੱਸਿਆ ਕਿ ਥਾਣਾ ਸਿਟੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਮੌਕੇ 'ਤੇ ਜਾ ਕੇ ਛਾਪੇਮਾਰੀ ਕੀਤੀ ਅਤੇ ਛਾਪੇਮਾਰੀ ਦੌਰਾਨ ਦੋ ਮਹਿਲਾਵਾਂ ਅਤੇ ਇੱਕ ਵਿਅਕਤੀ ਆਪੱਤੀਜਨਕ ਹਾਲਾਤ ਵਿੱਚ ਮਿਲੇ। ਉਹਨਾਂ ਦੱਸਿਆ ਕਿ ਦੋਨਾਂ ਖਿਲਾਫ਼ ਇਮੋਰਲ ਟ੍ਰੈਫਿਕ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਨਿਊਜ਼ ਡੈਸਕ ਤੋਂ ਗੋਪਾਲ ਆਨੰਦ ਦੇ ਨਾਲ ਸੁਖਚੈਨ ਸਿੰਘ, ਨਿਊਜ਼ ਟਾਈਮ ਪੰਜਾਬ, ਫਿਰੋਜ਼ਪੁਰ। ਕਿ ਹਾਊਸ ਬੋਰਡ ਕਲੋਨੀ ਵਿੱਚ ਇੱਕ ਮੋਨਾ ਨਾਮ ਦੀ ਜਿਹੜੀ ਆ ਲੇਡੀਜ਼ ਆ, ਉਹ ਆਪਣੇ ਪਤੀ ਜਿਹੜਾ ਚੌਲੀ ਨਾਲ ਮਿਲ ਕੇ ਘਰ ਦੇ ਵਿੱਚ ਗਲਤ ਭੈੜੇ ਪੁਰਸ਼ਾਂ ਨੂੰ ਲਿਆ ਕੇ ਉਹਨਾਂ ਦਾ ਮਤਲਬ ਧੰਦਾ ਕਰਾਉਂਦੀ ਹੈ, ਚਕਲਾ ਚਲਾਉਂਦੀ ਹੈ, ਜਿਸ ਦੇ ਆਧਾਰ 'ਤੇ ਮਤਲਬ ਸੀਕਰੇਟ ਇਨਫੋਰਮੇਸ਼ਨ ਸੀ, ਜਿਸ ਦੇ ਆਧਾਰ 'ਤੇ ASI ਮੇਜਰ ਸਿੰਘ ਵੱਲੋਂ ਸਮੇਤ ਆਪਣੀ ਪੁਲਿਸ ਪਾਰਟੀ ਸਮੇਤ ਲੇਡੀ ਕੋਂਸਟੇਬਲਾਂ 'ਤੇ ਛਾਪਾ ਮਾਰ ਕੇ ਉੱਥੇ ਇਹਨੂੰ ਮੋਨਾ ਨੂੰ ਅਤੇ ਔਰ ਜਿਹੜੀ ਆ ਸੰਜਨਾ ਅਤੇ ਔਰ ਇਹਦੇ ਨਾਲ ਇੱਕ ਕਮਲਜੀਤ ਵਿਅਕਤੀ ਆਲੇ ਵਾਲੇ ਦਾ ਉਹਨੂੰ ਗ੍ਰਿਫਤਾਰ ਕੀਤਾ ਗਿਆ। ਹਾਂ, ਇਤਰਾਜ਼ਯੋਗ ਹਾਲਤ ਵਿੱਚ ਹਾਂ ਉੱਥੇ ਇਹਨਾਂ ਨੂੰ ਫੜਿਆ ਗਿਆ, ਜਿਨ੍ਹਾਂ ਦੇ ਬਰਖਿਲਾਫ਼ ਜਿਹੜਾ ਵਾ ਉਹ ਮੁਕੱਦਮਾ ਦਰਜ ਮੋਰਲ ਐਕਟ ਦਾ ਕਰ ਦਿੱਤਾ ਗਿਆ। ਅੱਛਾ, ਉਹਨਾਂ ਨੂੰ ਅੱਜ ਜੇਲ੍ਹ ਭੇਜੇ? ਹਾਂਜੀ ਹਾਂਜੀ, ਉਹਨਾਂ ਨੂੰ ਜਿਹੜਾ ਅੱਜ ਜੇਲ੍ਹ ਭੇਜਿਆ ਜਾਏਗਾ ਕੋਰਟ 'ਚ ਪੇਸ਼ ਕਰਨ ਤੋਂ ਬਾਅਦ। ਠੀਕ।